ਠੀਕ ਹੈ ਲਾਦਾਬ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ, ਵੈਬ ਟੀ ਵੀ ਸਾਡੇ ਵਾਲਾ, ਆਕਲੈਂਡ ਨਿਊਜ਼ੀਲੈਂਡ ਤੋਂ ਐਂਡ ਕ੍ਰਾਈਸਟ ਚਰਚ ਤੋਂ। ਗੁਰਪਿਆਰੀ ਸੰਗਤ ਜੀ, ਸਭ ਤੋਂ ਪਹਿਲੇ ਤਾਂ ਤੁਹਾਨੂੰ ਵਿਸਾਖੀ ਦੀਆਂ ਲੱਖੋ ਲੱਖ ਵਧਾਈਆਂ ਵਧਾਈਆਂ ਵਧਾਈਆਂ, ਔਰ 323ਵਾਂ ਖਾਲਸਾ ਸੱਜਣਾ ਦਿਵਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਹੋਣ। ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੰਜਾ ਸਾਹਿਬ ਦੇ ਅੰਦਰ, ਔਰ ਸਾਡੇ ਆਉਂਦੇ ਜਿਹੜੇ ਦਰਸ਼ਨ ਹੋਏ ਨੇ ਹਰਮੀਤ ਸਿੰਘ ਵੀਰ ਜੀ ਦੇ ਨਾਲ, ਜਿਹੜੇ ਕਿ 3-4 ਪਾਕਿਸਤਾਨੀ ਟੈਲੀਵਿਜ਼ਨਸ ਨੂੰ ਪ੍ਰਜੈਂਟ ਕਰ ਚੁੱਕੇ ਨੇ, ਔਰ ਇਹਨਾਂ ਨੇ ਇੱਕ ਬਹੁਤ ਸੋਹਣੀ ਆਪਣੀ ਇੱਕ ਜਗ੍ਹਾ ਬਣਾਈ ਹੈ, ਬੜੀ ਪਿਆਰ ਵਾਲੀ ਜਗ੍ਹਾ ਬਣਾਈ ਹੈ। ਮੈਂ ਕਹਾਂਗਾ ਕਿ ਇੱਕ ਲੰਬੇ ਅਰਸੇ ਬਾਅਦ ਪਾਕਿਸਤਾਨੀ ਟੀਵੀ ਨੂੰ ਜਿਹੜੀ ਇੱਕ ਐਂਕਰ ਦੀ ਲੋੜ ਸੀ, ਉਹ ਹਰਮੀਤ ਸਿੰਘ ਵੀਰ ਜੀ ਨੇ ਪੂਰੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਬਹੁਤ ਵਧੀਆ ਲੱਗਿਆ ਤੁਹਾਨੂੰ, ਅਕਸਰ ਅਸੀਂ ਵੇਖਦੇ ਰਹਿੰਦੇ ਹਾਂ ਵੈਬ ਚੈਨਲ ਹਨ ਅਤੇ ਮੁਖਤਲਿਫ, ਅਤੇ ਤੁਹਾਡਾ ਚਰਚਾ ਸਿਰਫ ਪਾਕਿਸਤਾਨ ਵਿੱਚ ਨਹੀਂ ਬਲਕਿ ਦੁਨੀਆ ਭਰ ਵਿੱਚ ਆਉਂਦਾ ਰਹਿੰਦਾ। ਜਿੱਥੇ ਵੀ ਮੈਂ ਗਿਆ ਤੁਹਾਡੇ ਬਾਰੇ ਮੈਸੇਜ ਮੈਨੂੰ ਬਹੁਤ ਮਿਲਦੇ ਨੇ, ਅਤੇ ਤੁਹਾਡਾ ਵੀ ਇਸ ਵਾਸਤੇ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਪੂਰੇ ਸਿੱਖ, ਮੈਂ ਵੇਖਦਾ ਰਹਿੰਦਾ ਤੁਸੀਂ ਹਿਸਟੋਰੀਕਲ ਪਲੇਸ ਜਿਹੜੇ ਜਾ ਕੇ ਉੱਥੇ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਹੋ, ਅਤੇ ਨਾਲੋ ਨਾਲ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਪੰਜਾ ਸਾਹਿਬ ਦੀ ਰੈਗੂਲਰ ਸੇਵਾ ਵੀ ਤੁਸੀਂ ਕਰ ਰਹੇ ਹੋ, ਅਤੇ ਮੈਂ ਬਹੁਤ ਥੈਂਕਫੁਲ ਟੂ ਆਪ ਹਾਂ ਕਿ ਤੁਸੀਂ ਇਸ ਤਰ੍ਹਾਂ ਸੇਵਾ ਜਿਹੜੇ ਕਰ ਰਹੇ ਹੋ ਦਿਲੋਂ ਕਰ ਰਹੇ ਹੋ, ਅਤੇ ਇਹ ਬਹੁਤ ਵੱਡੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਮੁਸਲਿਮ ਵੀਰ ਜਿਹੜੇ ਹਨ, ਜਿਹੜੇ ਪੰਜਾਬੀ ਵੀਰ ਹਨ, ਉਹ ਅਜੇ ਵੀ ਅਸੀਂ ਵੇਖ ਰਹੇ ਹਾਂ ਕਿ ਉਹ ਸਾਡੇ ਨਾਲ ਮੋਢਾ ਲਾ ਕੇ ਖਲੋਤੇ ਨੇ, ਇਹ ਵੱਡੀ ਗੱਲ ਹੈ। ਅਤੇ ਮੇਰੇ ਪਾਸੋਂ ਜਿੰਨੇ ਵੀ ਤੁਹਾਡੇ ਵਿਵਰਸ ਨੇ, ਜਿੰਨੇ ਵੀ ਲੋਕ ਵੇਖ ਰਹੇ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਈ ਵਿਸਾਖੀ ਦੀ। ਅਤੇ ਅਸੀਂ ਅੱਜ ਵਿਸਾਖੀ ਦਾ ਤਿਉਹਾਰ ਹੈ, ਖੁਸ਼ੀ ਦਾ ਤਿਉਹਾਰ ਹੈ, ਅਤੇ ਅਸੀਂ ਅੱਜ ਇਹ ਪੈਗਾਮ ਦੇਵਾਂਗੇ ਲੋਕਾਂ ਨੂੰ ਕਿ ਬਈ ਰਲ ਮਿਲ ਕੇ ਰਹੀਓ ਤੁਸੀਂ, ਅਤੇ ਜਿਹੜੇ ਪਿਆਰ ਦਾ ਪੈਗਾਮ ਗੁਰੂ ਨੇ ਜਿਹੜਾ ਪ੍ਰਚਾਰ ਕੀਤਾ ਸੀ, ਭਾਈਚਾਰੇ ਦਾ ਪ੍ਰਚਾਰ ਕੀਤਾ ਸੀ, ਉਹੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜੇ ਵੀ ਇਨਸਾਨੀਅਤ ਦੇ ਦਰਮਿਆਨ ਸਾਡਾ ਜਿਹੜਾ ਭਾਈਚਾਰਾ ਹੈ ਉਹ ਬਰਕਰਾਰ ਰਹੇ। ਹਰਮੀਤ ਵੀਰ ਜੀ, ਬੀਂਗ ਐਂਕਰ, ਬੀਂਗ ਏ ਫਸਟ ਪਾਕਿਸਤਾਨੀ ਸਿੱਖ ਐਂਕਰ ਹੋ ਤੁਸੀਂ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਪਿਛਲੇ 7-8 ਸਾਲ ਤੋਂ? ਤੁਸੀਂ ਬੜੇ ਹੁੰਮ ਹੁਮਾ ਕੇ ਲੱਗੇ ਹੋਏ ਹੋ। ਮੈਂ ਬਹੁਤ ਲੱਕੀ ਹਾਂ, ਮੈਂ ਜਦੋਂ ਕਰੀਅਰ ਦਾ ਸ਼ੁਰੂਆਤ ਕੀਤਾ ਸੀ, ਤੁਹਾਨੂੰ ਵੀ ਯਾਦ ਸੀ ਕਿ ਪਹਿਲੀ ਵਾਰੀ ਜਦੋਂ ਮੇਰਾ ਨਿਊਜ਼ ਐਂਕਰ, ਐਜ਼ ਅ ਨਿਊਜ਼ ਐਂਕਰ ਮੈਂ ਔਨ ਏਅਰ ਹਾਂ, ਤਾਂ ਦੁਨੀਆ ਭਰ ਵਿੱਚ ਖਾਸ ਕਰ ਕੈਨੇਡਾ ਦੇ ਜਿਹੜੇ ਵਾਈਸ PM ਨੇ ਜਗਮੀਤ ਸਿੰਘ, ਅਤੇ ਅਮੈਰੀਕਾ ਦੇ ਜਿਹਨੇ ਮਿਨਿਸਟਰ ਨੇ, ਅਤੇ ਉਸ ਦੇ ਨਾਲ ਨਾਲ ਜਿਹੜੇ ਖਲੀਜ ਟਾਈਮ, ਨਿਊਯਾਰਕ ਟਾਈਮ, ਅਤੇ ਜਿਹੜੀ ਵੱਡੀ ਵੱਡੀ ਖਾਸ ਕਰ ਹਿੰਦੁਸਤਾਨ ਨੇ ਵੀ ਮੈਨੂੰ ਬਹੁਤ ਜ਼ਿਆਦਾ ਪਬਲਿਸ਼ ਕੀਤਾ, ਬਹੁਤ ਜ਼ਿਆਦਾ ਮੇਰੇ 'ਤੇ ਆਰਟੀਕਲ ਲੋਕਾਂ ਨੇ ਪਬਲਿਸ਼ ਕੀਤੇ, ਅਤੇ ਇਹ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਲੇਕਿਨ ਪਾਕਿਸਤਾਨ ਦੀ ਮੈਂ ਗੱਲ ਕਰਾਂ, ਜਿਸ ਤਰ੍ਹਾਂ ਚੀਜ਼ ਨੂੰ ਲੈ ਕੇ ਕੋਸ਼ਿਸ਼ ਕੀਤੀ ਜਾਂਦੀ ਹੈ, ਅਸੀਂ ਵੇਖਦੇ ਹਾਂ ਇੰਡੀਆ ਮੀਡੀਆ ਵਿੱਚ, ਹੋਰ ਚੈਨਲ 'ਤੇ, ਕਿ ਉੱਥੇ ਇਸ ਚੀਜ਼ ਨੂੰ ਬੜੇ ਗਲਤ ਤਰੀਕੇ ਨਾਲ MHK ਕੀਤਾ ਜਿਹੜਾ ਦਿਖਾਇਆ ਜਾਂਦਾ। ਪਰ ਉਸ, ਅਗਰ ਮੈਂ ਆਪਣੀ ਪ੍ਰੈਕਟੀਕਲੀ ਗੱਲ ਕਰਾਂ, ਮੈਂ ਥੋੜ੍ਹੀ ਜਿਹੀ ਪੰਜਾਬੀ ਮੇਰੀ ਵੀਕ ਆ, ਬੈਟਰ ਮੈਂ ਤੁਹਾਡੇ ਨਾਲ ਉਰਦੂ 'ਚ ਗੱਲ ਕਰਾਂ। ਸੋ ਮੈਂ ਜਬ ਇਸ ਫੀਲਡ ਮੈਂ ਆਇਆ, ਤਾਂ ਮੈਨੇ ਇੱਕ ਚੀਜ਼ ਦੇਖੀ ਹੈ ਕਿ ਲੋਕੋਂ ਕੀ ਜੋ ਮੁਹੱਬਤ ਹੈ ਵੋ ਮੈਨੇ ਸਿੱਖੋ ਸੇ ਜ਼ਿਆਦਾ ਮੁਸਲਮਾਨੋਂ ਸੇ ਆਪਣੀ ਤਰਫ ਪਾਈ ਹੈ। ਕਿਉਂਕਿ ਜਬ ਵੀ ਮੈਂ ਗਿਆ ਹੂੰ, ਅਗਰ ਫੀਲਡ ਮੈਂ ਜਾਤਾ ਹੂੰ, ਫੀਲਡ ਮੈਂ ਕਾਮ ਕਰਤਾ ਹੂੰ, ਤੋ ਵਹਾਂ ਪੇ ਮੈਨੇ ਹਮੇਸ਼ਾ ਦੇਖਾ, ਅਗਰ ਮੈਂ ਪਾਰਲੀਮੈਂਟ ਹਾਊਸ ਕਾ ਅਕਸਰ ਜ਼ਿਕਰ ਕਰਤੇ ਰਹੇ, ਤੋ ਕਿ ਜਬ ਮੈਂ ਪਾਰਲੀਮੈਂਟ ਹਾਊਸ ਜਾਤਾ ਹੂੰ, ਤੋ ਵਹਾਂ ਪੇ ਇੱਕ ਚੀਜ਼ ਮੈਨੇ ਦੇਖੀ ਹੈ ਕਿ ਜੋ ਮਿਨਿਸਟਰਸ ਹੈ, ਪ੍ਰਾਈਮ ਮਿਨਿਸਟਰ ਸੇ ਲੇਕਰ ਜੋ ਬੜੇ ਲੈਵਲ ਕੇ ਜਿਤਨੇ ਵੀ ਲੋਕ ਹੈ, ਤੋ ਵੋ ਉਮੂਮਨ ਮੁਝਸੇ ਜਬ ਮਿਲਤੇ ਹੈ, ਛੱਪੀ ਪਾ ਕੇ ਮਿਲਤੇ ਹੈ, ਤੋ ਯੇ ਬੜੀ ਬਾਤ ਹੈ ਮੇਰੇ ਲੀਏ, ਬੀਂਗ ਅ ਸਿੱਖ ਐਂਕਰ। ਔਰ ਮੁਝੇ ਜਬ ਆਵਾਮ ਕੀ ਤਰਫ ਮੈਂ ਜਾਤਾ ਹੂੰ, ਮੈਂ ਜ਼ਿਆਦਾ ਨੋਰਮਲ ਜਬ ਜਾਤਾ ਹੂੰ, ਜਿਤਨੇ ਵੀ ਮੈਨੇ ਕਵਰ ਕੀਏ ਹੈ, ਈਵਨ ਕਿ ਵੋ ਜਲਸੇ ਮੈਨੇ ਕਵਰ ਕੀਏ ਜੋ ਦੀਨੀ ਜਲਸੇ ਹੈ, ਯਾਨੀ ਇਸਲਾਮਿਕ ਲੋਕ ਹੈ, ਲੇਕਿਨ ਵਹਾਂ ਪੇ ਵੀ ਮੁਝੇ ਮੁਹੱਬਤ ਮਿਲੀ ਹੈ। ਤੋ ਮੈਂ ਸਮਝਤਾ ਹੂੰ ਕਿ ਯੇ ਪਾਕਿਸਤਾਨ ਜੋ ਹੈ, ਯਹਾਂ ਪੇ ਮੁਹੱਬਤ, ਭਾਈਚਾਰਾ, ਯਹਾਂ ਪੇ ਹਮ ਸਿਰਫ ਬਾਤੇ ਨਹੀਂ ਕਰਤੇ, ਬਲਕਿ ਅਮਲੀ ਤੌਰ ਪਰ ਜਬ ਕੋਈ ਆਤਾ ਹੈ, ਤੋ ਉਸਕੋ ਯੇ ਸਾਰੀ ਚੀਜ਼ੇ ਯਹਾਂ ਪੇ ਆ ਕੇ ਮਹਿਸੂਸ ਹੋਤੀ ਹੈ। ਤੋ ਆਜ ਖਾਸ ਖੁਸ਼ੀ ਕਾ ਦਿਨ ਹੈ, ਔਰ ਆਪਕੋ ਦੇਖਕਰ ਵੀ ਬੜਾ ਅੱਛਾ ਲੱਗ ਰਿਹਾ, ਬੜੇ ਮੂਛੋਂ ਕੋ ਤਾਓ ਦੇ ਕੇ ਔਰ ਦਸਤਾਰ ਸਜਾ ਕੇ ਕਮਾਲ ਕੇ ਆਪ ਲੱਗ ਰਹੇ ਬਾਜੀ, ਮੁਝੇ ਤੋ ਜਹਾਂਗੀਰ ਬਾਦਸ਼ਾਹ ਕੀ ਯਾਦ ਆ ਗਈ, ਵੈਸੇ ਜੋ ਆਪਕੋ ਦੇਖ ਰਹਾ ਹੂੰ। ਔਰ ਸਾਥ ਸਾਥ ਮੈਂ ਦੇਖ ਰਹਾ ਹੂੰ ਕਿ ਹਮਾਰੇ ਸਿੱਖ ਭਾਈ ਜੋ ਭਾਰਤ ਸੇ ਮੁਖਤਲਿਫ ਮਮਾਲਿਕ ਸੇ ਆਏ, ਇਨਕੋ ਵੀ ਹਮ ਸਵਾਗਤ ਕਰਤੇ ਹੈਂ, ਬੜੀ ਖੁਸ਼ੀ ਕੀ ਬਾਤ ਹੈ ਕਿ ਅੱਜ ਇਹ ਸਾਰੇ ਲੋਕ ਰਲ ਮਿਲ ਕੇ ਆਏ ਬਾਬਾ ਜੀ ਕੇ ਇਸ ਅਜ਼ੀਮ ਦਰਬਾਰ ਸਾਹਿਬ ਕੇ ਦਰਸ਼ਨ ਕਰਨੇ ਕੇ ਲੀਏ, ਇਸ ਗੁਰਦੁਆਰੇ ਸਾਹਿਬ ਕੇ ਦਰਸ਼ਨ ਕਰਨੇ ਕੇ ਲੀਏ, ਤੋ ਹਮ ਇਨਕੋ ਵੀ ਸਵਾਗਤ ਕਰਤੇ ਹੈਂ, ਵੈਲਕਮ ਕਰਤੇ ਹੈਂ, ਔਰ ਆਪਕਾ ਵੀ ਬਹੁਤ ਸ਼ੁਕਰੀਆ ਅਦਾ ਕਰਤੇ ਹੈਂ। ਵੀਰ ਜੀ, ਜਿੱਥੇ ਮੀਡੀਆ ਦੀ ਪੋਜ਼ਿਟਿਵਿਟੀ ਦੀ ਗੱਲ ਕੀਤੀ ਹੈ ਤੁਸੀਂ, ਕਿਉਂਕਿ ਮੈਂ ਗੱਲ ਤੁਹਾਨੂੰ ਦੱਸਦਾ ਚੱਲਾਂ ਕਿ ਵੀਰ ਜੀ ਜਿਹੜੇ ਨੇ ਸਵਾਤ ਤੋਂ ਬਿਲੋਂਗ ਕਰਦੇ ਨੇ, ਔਰ ਇਹਨਾਂ ਦੀ ਫਸਟ ਲੈਂਗੁਏਜ ਜਿਹੜੀ ਹੈ ਉਹ ਪਸ਼ਤੋ ਹੈ, ਸੋ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਪਹਿਲੇ 5 ਮਿੰਟ ਪੰਜਾਬੀ ਬੋਲਣ ਦੀ,
लेकिन अखीर थक गए पंजाबी बोल बोल के मुड़ के उर्दू दे विच आ गए। तो मैं यही कहांगा कि जिस तरह पॉजिटिविटी की गल की है, मैं 10 साल तो पॉजिटिविटी मैनू इत्थे घट्टो घट कल दे 100 लोग मिल चुके हैं कि बाबा जी तुहाडे प्रोग्राम देख के ते असी पाकिस्तान दे इतिहास तो बल्कि की पंजाब दे पुरातन पंजाब दे बिल्कुल जी जिहड़ा एक सुपना है कि पंजाबियां दे इकट्ठे होण दा, हर बंदा दुआ करदा है कि पंजाब इकट्ठा रहे। बिल्कुल, सानू किसे दी सियासत दे नाल कोई लोड़ नहीं है, किसे नू असी मंदा नहीं बोलदे, असी कहने सानू पंजाबियां नू एक दूजे नाल मिलन दिओ, पंजाबियां नू एक दूजे नाल आन दिओ। करतारपुर कोरीडोर हो गया और सिख पिलग्रिमेज हो गया, ये सारे प्रोग्राम जिहड़े ने इहदे ते बड़े पॉजिटिव सेंस दे विच नौजवान लड़के बहुत आ रहे हैं। पहले हमेशा 40 साल तो उत्ते बंदे नू वीज़ा दिता जांदा सी, हुण मैं एक वड्डी खेप देख रहा मुंडियां दी जिहड़े कि ईस्ट पंजाब तो और पूरे इंडिया दे विचों आ रहे हैं, एक बहुत वड्डी चेंज है। और 550 साल के उत्ते जदों मैं कीती रिपोर्टिंग कीती और उस तो बाद मैं देखिया कि बहुत लड़के आ रहे हैं। मैं एक बात आपकी इसलिए करना चाहता हूँ, सारे हमारे भाई खड़े यहाँ पे बुजुर्ग भी हैं बहुत सारे, जब आपने काम शुरू किया था तो मुझे याद है कि कनाडा अमेरिका आपको बड़ा प्यार भी मिला, उसके बदले में बड़ा प्यार भी मिला आपको, लेकिन वो लोग जो यहाँ से गए थे उनकी सदियाँ गुजर गई थी, कई साल गुजर गए थे, वो तरसते थे कि अपने जो इलाके हैं, उनके जो गांव हैं, उनका जो घर है, उनका जो मोहल्ला है, उनकी जो गलियाँ कूचे हैं, उनका वो दीदार कर सके। आप भी ये मेरे भाई हैं, इनका भी बड़ी बड़ी ख्वाहिश होती है कि जो पाकिस्तान से गए तो आपने वो काम करके दिखाया कि वो जो कनाडा में बैठा है, वो जो अमेरिका में बैठा है, वो जो ऑस्ट्रेलिया में बैठा है, उनको जाके उनके घर के दहलीज तक आपने जाके वो सारी चीज़ें दिखाई। तो मैं तो आपको क्रेडिट हमेशा देता हूँ, आपके साथ साथ बाबर जलंधरी भाई हैं जो भी बहुत अच्छा काम कर रहे हैं, 2-3 भाई ऐसे हैं जिस तरह आप लोग दिल से काम कर रहे हो, दिल से सेवा कर रहे हैं, तो उसकी जितनी भी तारीफ की जाए कम है। लेकिन इस सेवा के लिए आपने जिस तरह एक बेड़ा उठाया है, क्योंकि पंजाब को हम देखें, पंजाब की सरजमीन को देखें, पंजाब के कल्चर को देखें, पंजाब की जुबान को देखें, रिच है, बहुत अजीम रिच है ये कल्चर है, बहुत अजीम है, लेकिन कहीं ना कहीं पाकिस्तान में ये कल्चर मिटता जा रहा है। हम हिंदुस्तान भारतीय पंजाब की तारीफ इसलिए करते हैं कि भारतीय पंजाब के जो सिख हैं यहाँ वहाँ के जो लोग हैं उन्होंने अपनी सारे सिस्टम को, अपने कल्चर को कहीं ना कहीं जिंदा रखा हुआ है। तो आप जैसे दोस्त जो पाकिस्तान से बिलोंग करते हैं, जो पंजाबी हैं, जिनकी ख्वाहिश है कि पंजाबियत जो है वो बरकरार रहे, वो जिंदा रहे, तो आपको ये क्रेडिट जाता है। और ये जो सेवा का काम कर रहे हैं आप, और आके यहाँ पे वैसाखी का जो ये मेला सजा हुआ है, ये आज खालसा डे जो है ये जो सेलिब्रेट हो रहा है, बहुत कम लोगों को पता है, लेकिन आपके चैनल के थ्रू आप पूरी दुनिया को यहाँ के दर्शन करा रहे हैं। जो तरसते हैं, जिनकी ख्वाहिश है कि वो जाए माथा टेक के आए बाबा जी की इस अजीम सरजमीन पे जाके माथा टेक के आए, लेकिन अगर वो नहीं आ सकते तो ये आप हैं जो आप उनको दर्शन करा रहे हैं। तो मैं हमेशा आपकी तारीफ करते रहता हूँ, और बड़ी खुशी हुई कि हमेशा हम एक सिटी में रहते हैं लेकिन मुलाकातें हमारी नहीं होती मसरूफियात की बिना, आज यहाँ पे कम से कम बाबा जी के इस पवित्र स्थान पे हमारी मुलाकात भी हुई, और कई भाई जो है उनको भी हम देख रहे हैं, उनके भी दर्शन हो रहे हैं, तो इससे और बड़ी बात क्या हो सकती है। बहुत शुक्रिया वीर जी, बड़ा वधिया लगा, बड़ा मोटिवेशनल सी आप जी का जिहड़ा सारा बोलना। तो एक बार मैं फिर 10 साल पिछे चला गया जदों मैं एक 2 मेगापिक्सल का कैमरा रह के घूमता सी, तो मैं कहता सी मैनू किन्ने वेखना है, तो जदों मैं पहली बारी अमेरिका पहुँचा तो मेरे कोई दिन खाली नहीं सी। बिल्कुल, और तमाम दी तमाम मेरी एयर टिकट्स पहले तो बुक सी, तो जो मैं उत्थे जाके क्या कि सारे कहन शायद जी यूरे ना यूएसए, मैं क्या जी हाँ जी साढ़े घर आना, साढ़े घर आना, तो मैनू पता नहीं लगा मेरे 40 डेज किस तरह गुजर गए, और उस तो बाद भी इनविटेशन स्टिल आ रही सन कैनेडा तो ऑस्ट्रेलिया तो, फिर उस तो बाद मैं ऑस्ट्रेलिया भी गया। मैं कहंगा थैंक यू पाजी का भी थैंक यू, और पूरी जगत पंजाबी संगत का शुक्रिया, और सब तो ज़्यादा मैं रेडियो साढ़े वाला बहुत ज़्यादा मान दिना वा कि मैं जिथे भी नाम लैंना वा कि मैं जोड़ा प्रोग्राम अटेंड करना उन्होंने मैं कभी मना नहीं किया, बल्कि मैं डबल एप्रीसीएशन होंगी है कि भाजी पहुँचो किसी तरीके ना पहुँचो। अगर करोना के दरम्यान लंगर की गल हो, करोना के दरम्यान गरीब लोगों से राशन वंडन की गल हो, गरीब लोगों की हेल्प करनी हो, पाकिस्तान कांट हो एक एक्सीडेंट हो गया, 26 लोग दुनिया तो चले गए, साढ़े रेडियो ने उन्होंने भी हेल्प की सारिया ने, लेकिन गुप्त निष्काम सेवा दे उत्ते वो कहते हैं कि भी किसी ने गल ना करो, लेकिन अगर नेकी दसी नहीं जाएगी तो लोग दूसरे देख के किस तरह नहीं करेंगे फिर। वो जिस तरह कि कार सेवा चल रही है अपना चौहा साहब की,
ਆਲਮੋਸਟ ਮੇਨ ਬਿਲਡਿੰਗ 100% ਮੁਕੰਮਲ ਹੋ ਗਈ ਹੈ। ਹੁਣ ਉਹਦੀ ਚਾਰ ਦੀਵਾਰੀ ਦੀ ਅਸੀਂ ਰਣਜੀਤ ਨਿਗਾਰਾ ਤੋਂ ਰਿਕੁਐਸਟ ਕਰਦੇ ਹਾਂ ਕਿ ਉਹਦੀ ਚਾਰ ਦੀਵਾਰੀ ਵੀ ਕੀਤੀ ਜਾਏ, ਲੰਗਰ ਹਾਲ ਬਣਾ ਕੇ ਦਿੱਤਾ ਜਾਵੇ, ਡਿਸਪੈਂਸਰੀ ਬਣੇ, ਯਾਤਰੀ ਨਿਵਾਸ ਬਣੇ। ਇੰਨੀ ਸੰਗਤ ਆਈ ਆ, ਸਾਰੇ ਮੈਨੂੰ ਪੁੱਛਦੇ ਨੇ ਕਿ ਬਾਬਾ ਜੀ ਸਾਨੂੰ ਲਿਜਾਇਆ ਜਾਏਗਾ ਉੱਥੇ, ਚੋਹਾ ਸਾਹਿਬ ਲੈ ਕੇ ਜਾਣਗੇ, ਮਾਤਾ ਸਾਹਿਬ ਕੌਰ ਦੇ ਜਨਮ ਸਥਾਨ 'ਤੇ ਲੈ ਕੇ ਜਾਣਗੇ। ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਵੀਰ ਜੀ। ਅਸੀਂ ਵੀ ਰਿਕੁਐਸਟ ਕਰਦੇ ਹਾਂ, ਤੁਸੀਂ ਵੀ ਰਿਕੁਐਸਟ ਕਰੋ, ਜਿਹੜਾ ਪਿਲਗ੍ਰਿਮੇਜ ਦਾ ਹੈ ਇਹਨੂੰ ਹਿੱਸਾ ਬਣਾਇਆ। ਬਿਲਕੁਲ, ਆਪ ਸਮਝਦੇ ਹਾਂ, ਹਮ ਇਹ ਬਾਤ ਤੋਂ ਹਮੇਸ਼ਾ ਟੈਲੀਵਿਜ਼ਨ ਕੇ ਸਕਰੀਨ ਪਰ ਵੀ ਕਰਤੇ ਰਹਤੇ ਔਰ ਆਪਣੇ ਸੋਸ਼ਲ ਮੀਡੀਆ ਪੇ ਕਿ ਪਾਕਿਸਤਾਨ ਕੋ ਇੱਕ ਵੋ ਐਜ ਹਾਸਿਲ ਹੈ ਕਿ ਯਹਾਂ ਪੇ ਹਰ ਮਜ਼ਹਬ ਕਾ ਔਰ ਖਾਸ ਕਰ ਸਿੱਖਿਜ਼ਮ ਕੀ ਅਗਰ ਬਾਤ ਕਰੇ ਤੋ ਆਪਣੇ ਜ਼ਿਆਦਾ ਮੁਝ ਸੇ ਜ਼ਿਆਦਾ ਰਿਸਰਚ ਹੈ ਆਪਕਾ, 85-9% ਜੋ ਹੈ ਹਮਾਰਾ ਵਿਰਸਾ ਯਹਾਂ ਪੇ ਪੜਾ ਹੈ। ਤੋ ਯੇ ਜੋ ਅਜ਼ੀਮ ਅਸਥਾਨ ਹੈ, ਯੇ ਜੋ ਅਜ਼ੀਮ ਗੁਰਦੁਆਰੇ ਹੈ, ਅਗਰ ਜਿਸ ਕੀ ਖਾਹਿਸ਼ ਹੈ ਕਿ ਵੋ ਦਰਸ਼ਨ ਕਰਨਾ ਚਾਹਤੇ ਹੈ, ਤੋ ਹਮ ਹਕੂਮਤ ਵਕਤ ਕੇ ਸਾਥ ਸਾਥ ਵੋ ਤਮਾਮ ਤਰ ਸੰਗਤ ਜੋ ਬਾਹਰ ਦੁਨੀਆ ਮੈਂ ਰਹਤੇ ਹੈ, ਜੋ ਮੁਖੀਅਰ ਹੈ, ਜੋ ਕਰਤੇ ਹੈ, ਜੋ ਦਸਵੰਦ ਦੇਤੇ ਹੈ, ਜੋ ਆਪਣੀ ਤਰਫ ਸੇ ਕੁਛ ਨਾ ਕੁਛ ਕਰਤੇ ਹੈ, ਤੋ ਉਨਸੇ ਵੀ ਹਮਾਰੀ ਗੁਜ਼ਾਰਿਸ਼ ਹੋਗੀ ਕਿ ਆਪ ਵੀ ਹਿੱਸਾ ਲੇ, ਆਪ ਵੀ ਬਣਾਏ ਯੇ ਜਿਤਨੇ ਵੀ ਪਵਿੱਤਰ ਸਥਾਨ ਹੈ। ਤੋ ਉਸਕੇ ਬਾਅਦ ਯਹੀ ਹੋਗਾ ਕਿ ਜਬ ਯੇ ਬਿਲਡਿੰਗਸ, ਯੇ ਸਾਰੀ ਚੀਜ਼ੇ ਦੁਬਾਰਾ ਬਣੇਗੀ, ਤਿਆਰ ਹੋਗੀ, ਤੋ ਜੋ ਯਾਤਰੀ ਹੈ, ਹਮਾਰੀ ਹਕੂਮਤ ਸੇ ਵੀ ਗੁਜ਼ਾਰਿਸ਼ ਹੋਗਾ, ਹਮ ਟੈਲੀਵਿਜ਼ਨ ਕੀ ਸਕਰੀਨ ਪਰ ਬਾਰਹਾਂ ਕਰੇਂਗੇ ਕਿ ਲੋਗੋ ਕੋ ਇਜਾਜ਼ਤ ਦੀ ਜਾਏ ਕਿ ਵੋ ਆਪਣੇ ਇਲਾਕੋ ਤੱਕ ਜਾਏ, ਵੋ ਉਨ ਗੁਰਦੁਆਰੋ ਤੱਕ ਜਾਏ, ਵੋ ਉਨ ਤਮਾਮ ਤਰ ਮੁਕਾਮਾਤ ਤੱਕ ਜਿਸ ਕੀ ਉਨਕੀ ਖਾਹਿਸ਼ ਹੈ ਵੋ ਵਹਾਂ ਤੱਕ ਜਾਏ, ਤਾਂ ਕਿ ਉਨਕੀ ਦਿਲ ਕੀ ਜੋ ਖਾਹਿਸ਼ ਹੈ ਵੋ ਕਮ ਸੇ ਕਮ ਪੂਰੀ ਹੋ ਸਕੇ। ਬਹੁਤ ਸ਼ੁਕਰੀਆ। ਇਜਾਰਾ ਹੋ ਜੇ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਫਤਿਹ ਕੇ ਜਾਓ।